ਹਲਕਾ ਫਤਿਹਗੜ੍ਹ ਚੂੜੀਆਂ ਵਿੱਚ ਲਖਬੀਰ ਸਿੰਘ ਲੋਧੀ ਨੰਗਲ ਦੀਆਂ ਮੀਟਿੰਗਾਂ ਰੈਲੀ ਦਾ ਰੂਪ ਧਾਰਨ ਕਰ ਰਹੀਆਂ ਹਨ। ਹਲਕਾ ਫਤਿਹਗੜ੍ਹ ਚੂੜੀਆਂ ਦੇ ਪਿੰਡ ਕਿਲਾ ਦੇਸਾ ਸਿੰਘ ਵਿਖੇ ਹੋਈ ਵਿਸ਼ਾਲ ਮੀਟਿੰਗ ਵਿੱਚ ਲਖਬੀਰ ਸਿੰਘ ਲੋਧੀ ਨੰਗਲ ਨੇ ਕਿਹਾ ਕਿ ਪਾਰਟੀ ਹਾਈਕਮਾਂਡ ਨੇ ਜਿੱਤਣ ਵਾਲਿਆਂ ਨੂੰ ਟਿਕਟ ਦੇਣੀ ਹੈ। 30 ਅਗਸਤ ਤੱਕ ਟਿਕਟ ਅਨਾਊਂਸ ਹੋ ਜਾਣ ਦੀ ਪੂਰੀ ਸੰਭਾਵਨਾ ਹੈ। ਸਾਬਕਾ ਚੇਅਰਮੈਨ ਬਟਾਲਾ ਅਤੇ ਮੇਰੇ ਛੋਟੇ ਵੀਰ ਸਨੀ ਲੋਧੀ ਨੰਗਲ ਜੀ, ਦਰਜਾ ਬਦਰਜਾ ਅਕਾਲੀ ਦਲ ਦੇ ਵਰਕਰ ਸਾਹਿਬਾਨੋ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਰਸਨਿਆ ਜੀ, ਤੁਸੀਂ ਸਮਝਦੇ ਜੇ ਕਿ ਪਿਛਲੇ ਕਾਫੀ ਲੰਬੇ ਸਮੇਂ ਤੋਂ ਆਪਾਂ ਬੜੀਆਂ ਬੜੀਆਂ ਵੱਡੀਆਂ ਮੀਟਿੰਗਾਂ ਕਰ ਰਹੇ ਹਾਂ। ਰੱਖੀ ਜੀ ਤੇ ਛੋਟੀ ਜੀ ਮੀਟਿੰਗ ਆ, ਘਰ ਵਿਚਾਰ ਪਾਤਰਾ ਕਰਾਂਗੇ, ਪਰ ਤੁਹਾਡੇ ਸਾਹਮਣੇ ਬੜੀ ਵੱਡੀ ਰੈਲੀ ਦਾ ਰੂਪ ਧਾਰਨ ਕਰ ਦਿੰਦੀ ਹੈ। ਜਦੋਂ ਵੀ ਜਾਈਦਾ ਲੋਕਾਂ ਦੇ ਮਨ 'ਚ ਇੰਨਾ ਉਤਸ਼ਾਹ ਆ, ਇੰਨਾ ਚਾਅ ਆ, ਕਿਉਂਕਿ ਲੋਕ ਸਮਝਦੇ ਆ ਵੀ ਜਾਈਏ, ਬੜਾ ਚਿਰ ਹੋ ਗਿਆ, ਲੋਧੀ ਨਗਰ ਸਾਹਿਬ ਦੇ ਵਿਚਾਰ ਸੁਣੀਏ, ਉਹਨਾਂ ਨਾਲ ਗੱਲ ਕਰੀਏ, ਉਹਨਾਂ ਵਾਸਤੇ ਅਰਦਾਸ ਕਰ ਰਹੇ ਹਾਂ, ਸੱਚੇ ਪਾਤਸ਼ਾਹ ਦੇ ਅੱਗੇ ਜਾ ਕੇ ਫਰਿਆਦ ਕਰੀਏ ਕਿ ਛੇਤੀ ਤੋਂ ਛੇਤੀ ਉਹ ਸਾਡੇ ਹਲਕੇ ਦਾ ਕੰਮ ਸੰਭਾਲਣ। ਇਹ ਲੋਕਾਂ ਦੀਆਂ ਭਾਵਨਾਵਾਂ ਨੇ ਜੀ, ਜਦੋਂ ਲੋਕ ਸੱਚੇ ਦਿਲੋਂ ਅਰਦਾਸ ਕਰਦੇ ਨੇ ਤੇ ਫਿਰ ਉਹਨਾਂ ਦਾ ਜਿਹੜਾ ਪਿਆਰ ਆ ਉਹ ਖਿੱਚ ਕੇ ਲੈ ਆਉਂਦਾ, ਤੇ ਸਾਡਾ ਉਹਨਾਂ ਨੂੰ ਮਿਲ ਕੇ ਜਿਹੜਾ ਮਨ ਦੇ ਵਿੱਚ ਬਲਬਲਾ ਆ ਉਹ ਸਾਡਾ ਬੋਲਾਂ ਦੇ ਵਿੱਚ ਸਾਹਮਣੇ ਆ ਜਾਂਦਾ। ਬੇਸਿਕਲੀ ਤਾਂ ਅਸੀਂ ਚਾਹੁੰਦੇ ਹਾਂ ਵੀ ਚਲੋ ਹੋਰ ਜਿੰਨੇ ਵੀ 2-4-5 ਦਿਨ ਜਿੰਨੇ ਦਿਨ ਹੈਗੇ ਨੇ ਆ ਹੀ ਜਾਣਾ, ਅਕਸਰ ਨਤੀਜਾ ਸਾਰਿਆਂ ਦੇ ਸਾਹਮਣੇ ਕਿਸੇ ਨੂੰ ਲੁਕੀ ਛੁਪੀ ਗੱਲ ਨਹੀਂ ਹੁੰਦੀ, ਪਰ ਇਹ ਲੋਕ ਨਤੀਜਾ ਪਹਿਲਾਂ ਹੀ ਗੱਡੀ ਫਿਰਦੇ ਨੇ ਜਦੋਂ ਇਹਨਾਂ ਦੀਆਂ ਗੱਲਾਂ ਅਤੇ ਇਹਨਾਂ ਦੀ ਹਾਜ਼ਰੀ ਵੇਖੀ ਦੀ ਆ। ਅੱਜ ਹਜ਼ਾਰਾਂ ਬੰਦੇ ਜਿਹੜੇ ਨੇ ਤੁਹਾਡੇ ਸਾਹਮਣੇ ਅੱਜ ਆਪਣੇ ਵੀ ਲਾਡੀ ਦੇ ਘਰ ਜਿਹੜੇ ਨੇ ਇਕੱਠੇ ਹੋ ਗਏ ਨੇ, ਔਰ ਆਉਣ ਵਾਲੇ ਦਿਨਾਂ ਦੇ ਵਿੱਚ ਫਿਰ ਅੱਗੇ ਵੀ ਆਪਾਂ ਰੈਲੀ ਰੱਖੀ ਆ, 29 ਤਰੀਕ ਨੂੰ ਅਸੀਂ ਸਨੀਏ ਵੱਲ ਰੱਖੀ ਆ, ਉਹਨੂੰ ਆਪਾਂ ਰੈਲੀ ਨਹੀਂ ਕਹਿ ਸਕਦੇ, ਰੱਖਦੇ ਤਾਂ ਮੀਟਿੰਗ ਆ ਪਰ ਹੁਣ ਰੈਲੀ ਹੋ ਜਾਂਦੀ ਆ। ਸੋ ਇਸ ਕਰਕੇ ਇਹ ਪ੍ਰੋਗਰਾਮ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ 13 ਨਿਕਾਸੀ ਪ੍ਰੋਗਰਾਮ ਬਾਦ ਸਾਹਿਬ ਨੇ ਦਿੱਤਾ, ਇੱਕ ਤਾਂ ਅਸੀਂ ਉਹ ਘਰੋ ਘਰੀ ਦੱਸ ਰਹੇ ਹਾਂ, ਔਰ 2022 ਵਾਸਤੇ ਲਾਮਬੰਦ ਕਰ ਰਹੇ ਹਾਂ, ਕਿਸਾਨ ਮੋਰਚੇ ਨੂੰ ਚੜ੍ਹਦੀ ਕਲਾ 'ਚ ਰੱਖਣ ਵਾਸਤੇ ਵੀ ਅਸੀਂ ਸਮਝਦੇ ਹਾਂ ਕਿ ਲੋਕਾਂ ਨੂੰ ਨਾਲ ਨਾਲ ਔਰਗੇਨਾਈਜ਼ ਕਰਕੇ ਰੱਖਣਾ ਚਾਹੀਦਾ ਆ, ਤਾਂ ਕਿ ਉੱਥੇ ਵੀ ਸਾਡੀ ਬੜੀ ਵੱਡੀ ਜਿਹੜੀ ਆ ਉਦੋਂ ਦੇ ਕੰਪੀਟੀਸ਼ਨ ਚੱਲ ਰਿਹਾ ਆ। ਇਸ ਕਰਕੇ ਸਾਰੀਆਂ ਗੱਲਾਂ ਮੁੱਦੇ ਬੜੇ ਖਾਸ ਨੇ ਜਿਨ੍ਹਾਂ ਵਾਸਤੇ ਸਾਨੂੰ ਵੇਸਲੇ ਹੋਣ ਦੀ ਲੋੜ ਨਹੀਂ, ਅਸੀਂ ਪੂਰੇ ਚਿੰਤਾ ਤੋਂ ਰਿਹਾ ਔਰ ਅਸੀਂ ਇਹਨਾਂ ਮਸਲਿਆਂ ਨੂੰ ਲੈ ਕੇ ਜਿਹੜਾ ਲੋਕਾਂ ਨੂੰ ਜਾਗਰੂਕ ਕਰਨ ਵਾਸਤੇ ਫਿਰ ਰਹੇ ਹਾਂ। ਅੱਜ ਤੁਹਾਡੇ ਸਾਹਮਣੇ ਸਿੱਧੀ ਪ੍ਰਧਾਨ ਜੀ, ਸਾਡੇ ਜਿਹੜੇ ਬਸਪਾ ਦੇ ਸੀਨੀਅਰ ਲੀਡਰ ਨੇ ਆ BJP ਦੇ, ਉਹ ਛੱਡ ਕੇ ਆਏ ਨੇ, ਬਸਪਾ ਦੇ ਵੀ ਸੀਨੀਅਰ ਲੀਡਰ ਅੱਜ ਸਾਡੇ ਵਿੱਚ ਇੱਥੇ ਆਏ ਨੇ, ਔਰ ਲੋਕਾਂ ਦੇ ਮਨ ਵਿੱਚ ਬੜੀ ਵੱਡੀ ਖੁਸ਼ੀ ਆ ਕੇ ਲੋਕ ਭਾਰੀ ਤਾਦਾਦ ਵਿੱਚ ਵੱਡੀਆਂ ਵੱਡੀਆਂ ਪਾਰਟੀਆਂ ਤੋਂ ਵੱਡੇ ਵੱਡੇ ਲੀਡਰ ਜਿਹੜੇ ਨੇ ਸ਼੍ਰੋਮਣੀ ਅਕਾਲੀ ਦਲ 'ਚ ਸ਼ਾਮਿਲ ਹੋ ਰਹੇ ਨੇ, ਆਉਣ ਵਾਲੇ ਦਿਨਾਂ ਵਿੱਚ ਹੋਰ ਵੱਡੇ ਵੱਡੇ ਧਮਾਕੇ ਹੋਣਗੇ ਤੁਹਾਡੇ ਸਾਹਮਣੇ। ਆਹ ਫਤਿਹਗੜ੍ਹ ਚੂੜੀਆਂ ਵਾਲੇ ਸਾਰੇ ਭਰਾਵਾਂ ਨੂੰ ਮੇਰੀ ਬੇਨਤੀ ਆ ਕਿ ਤੁਹਾਡੇ ਸਿਰ 'ਤੇ ਜ਼ਿੰਮੇਵਾਰੀ ਆ, ਇਹ ਸੀਟ ਆਪਾਂ ਜਿੱਤ ਕੇ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੀ ਆ ਖਾਤੇ 'ਚ ਪਾਉਣੀ ਆ। ਲਾਮਬੰਦ ਹੋ ਜਾਓ, ਪਿਆਰ ਨਾਲ ਰਹੋ, ਇੱਕ ਦੂਜੇ ਨਾਲ ਗੱਲ ਵੱਕੜੀ ਪਾਓ, ਨਿੱਕੀਆਂ ਮੋਟੀਆਂ ਆਪਣੀਆਂ ਜਿਹੜੀਆਂ ਗੁੱਸੇ ਨਾਰਾਜ਼ਗੀਆਂ ਨੇ ਉਹਨਾਂ ਨੂੰ ਦੂਰ ਕਰ ਲਓ। ਜਿਹੜੇ ਵੀ ਲੋਕ ਨੇ ਤੁਹਾਡੇ ਸਾਹਮਣੇ ਉਹ ਦਾਸ ਦੇ ਨਾਂ ਦੇ ਉੱਤੇ ਜਿਹੜੇ ਦੂਰ ਵੀ ਸਨ ਉਹ ਵੀ ਨਾਲ ਜੁੜ ਗਏ ਨੇ, ਔਰ ਮੈਂ ਸਮਝਣਾ ਘੱਟ ਤੋਂ ਘੱਟ 20,000 ਤੋਂ ਵੱਧ ਕਾਂਗਰਸੀ ਵੋਟ ਜਿਹੜੀ ਆ ਉਹ ਪਲਟ ਕੇ ਇੱਧਰਲੇ ਬੰਨੇ ਆ ਰਹੀ ਆ। ਤੁਹਾਡੇ ਕਿੰਨੇ MC ਆ ਰਹੇ ਨੇ, ਕਿੰਨੇ ਸਰਪੰਚ ਆ ਰਹੇ ਨੇ, ਉਹ ਸਾਰੇ ਜਿਹੜੇ ਸਾਡੇ ਪਿਛਲੇ ਸਮੇਂ ਦੇ ਵਿੱਚ ਲੋਕ ਨਾਰਾਜ਼ ਹੋ ਗਏ ਸੀ, ਸਾਡੀ ਲੀਡਰਸ਼ਿਪ ਨੇ ਉਹਨਾਂ ਨੂੰ ਦੂਰ ਕਰਤਾ ਸੀ, ਉਹ ਇਹ ਸਮਝਦੇ ਆ ਵੀ ਹੁਣ ਸਾਡੇ ਕੋਲ ਸਾਡਾ ਫਿਰ ਆਪਣਾ ਭਰਾ ਆ ਗਿਆ, ਜਿਹਦੇ ਘਰ ਦੇ ਦਰਵਾਜ਼ੇ ਰਾਤ ਦਿਨ ਖੜਕਾ ਸਕਦੇ ਹਾਂ, ਸਾਨੂੰ ਨਾ ਕੋਈ। ਇਸ ਕਰਕੇ ਉਹਨਾਂ ਨੇ ਜਿਹੜਾ ਉਹ ਸਾਰੇ ਦਾ ਸਾਰਾ ਹੁਣ ਮਾਹੌਲ ਤਿਆਰ ਕਰ ਦਿੱਤਾ, ਔਰ ਮੈਂ ਸਮਝਦਾ ਹਾਂ ਕਿ ਮੇਰੀ ਜ਼ਿੰਦਗੀ ਵਿੱਚ ਇੰਨਾ ਭਾਰੀ ਉਤਸ਼ਾਹ ਲੋਕਾਂ 'ਚ ਮੈਂ ਪਹਿਲੀ ਵਾਰ ਵੇਖਿਆ ਆ, ਭਾਵੇਂ ਮੈਂ 98 ਵੀ, ਮੈਂ 95 'ਚ ਵੀ, 88 ਵੀ, ਆਪਣਾ 85 'ਚ ਵੀ ਲੜੀ ਸੀ, 91 'ਚ ਵੀ ਲੜੀ ਸੀ, 91 ਵਿੱਚ ਵੀ ਮੈਂ ਪੰਜਾਬ ਵਿੱਚ ਸਭ ਤੋਂ ਵੱਧ ਲੀਡ ਕਰਨ ਵਾਲਾ ਵਿਅਕਤੀ ਸੀ, ਔਰ ਜੋ ਅੱਜ ਹਾਲਾਤ ਨੇ ਇਹਦਾ ਜੱਟ ਵੀ ਪੰਜਾਬ ਵਿੱਚ ਇੱਕ ਅਨੋਖਾ ਹੀ ਸਮਝ ਆ। ਮੈਂ ਤਾਂ ਦੇਖੋ ਸਾਰੇ ਬੰਦੇ ਕੀਤੇ ਆ, ਮੈਂ ਤਾਂ ਕਹਾਂਗਾ ਵੀ ਜਿੱਦਣ ਸਾਡੀ ਅਨਾਊਂਸਮੈਂਟ ਹੋ ਗਈ ਨਾ ਉਦੋਂ ਹੀ ਲਲਕਾਰੇ ਵੱਜਣਗੇ। ਮੈਂ ਪਾਰਟੀ ਦਾ ਜ਼ਿੰਮੇਵਾਰ ਆਦਮੀ ਹਾਂ, ਮੈਂ ਜਨਰਲ ਸੈਕਟਰੀ ਹਾਂ, ਦੇਖੋ ਅਨਾਊਂਸਮੈਂਟ ਤਾਂ ਕਰਨੀ ਆ ਪ੍ਰਧਾਨ ਜੀ ਨੇ, ਸਮਝ ਗਿਆ ਕਿ ਨਹੀਂ। ਇਸ ਕਰਕੇ ਮੈਂ ਕਹਿ ਦਿਆਂ ਮੈਨੂੰ ਸਾਰੇ ਬੰਦੇ, ਕਿੰਨੇ ਬੰਦੇ ਤੁਰੇ ਪਏ, ਸਾਰੇ ਕਿਤੇ ਹਾਂ ਹੋ ਗਈ ਆ, ਉਹ ਕਹਿੰਦਾ ਮੈਨੂੰ ਹਾਂ ਨਹੀਂ ਹੋਈ ਤੁਹਾਡੇ ਸਾਹਮਣੇ। ਆਪਾਂ ਦੋ ਤਿੰਨਾਂ ਪ੍ਰੈਸ ਕਾਨਫਰੰਸਾਂ ਵੀ ਸੁਣੀਆਂ, ਆਪਣੇ ਹਲਕੇ 'ਚ ਵੀ ਸੁਣੀਆਂ, ਔਰ ਆਪਣੇ ਦੂਜੇ ਹਲਕਿਆਂ 'ਚ ਵੀ ਸੁਣੀਆਂ, ਸਾਰੇ ਬੰਦੇ ਜਿਹੜੇ ਤੁਰੇ ਫਿਰਦੇ ਨੇ ਉਹ ਕਹਿੰਦੇ ਤੇ ਉਹੀ ਆ ਸਾਨੂੰ ਹਾਂ ਹੋ ਗਿਆ। ਪਰ ਹਾਂ ਦਾ ਜਦੋਂ ਸਪੀਕਰ ਦੇ ਵਿੱਚ ਸਾਡੇ ਪ੍ਰਧਾਨ ਜੀ ਨੇ ਬੋਲਣਾ, ਅਸੀਂ ਆਸ਼ਾਵਾਦੀ ਹਾਂ ਕਿਉਂਕਿ ਇਸ ਜਿੱਤਣ ਵਾਲਿਆਂ ਨੂੰ ਸੀਟ ਦੇਣੀ ਆ, ਜਿਹੜੇ 5-5 ਇਲੈਕਸ਼ਨਾਂ ਹਾਰ ਗਏ ਨੇ ਉਹਨਾਂ ਨੂੰ ਕਿਸੇ ਨੇ ਸੀਟ ਨਹੀਂ ਦੇਣੀ, ਇਹਦੇ ਪਾਰਟੀ ਦਾ ਫੈਸਲਾ ਆ, ਨਵਾਂ ਪੁਰਾਣਾ ਕਿਸੇ ਨੇ ਨਹੀਂ ਵੇਖਣਾ, ਸਾਰਿਆਂ ਨੂੰ ਪਤਾ ਹੀ ਆ ਜਿੱਤਣ ਵਾਲਿਆਂ ਨੂੰ ਸੀਟ ਦੇਣੀ ਆ, ਔਰ ਸਾਡੇ ਉੱਤੇ ਰੱਬ ਦੀ ਬਖਸ਼ਿਸ਼ ਆ, ਆਵਾਮ ਦਾ ਪਿਆਰ ਆ, ਇਹ ਐਡੇ ਵੱਡੇ ਜਿਹੜੇ ਝੁੰਡ ਬਣ ਬਣ ਕੇ ਤੁਹਾਡੇ ਸਾਹਮਣੇ ਆਉਂਦੇ ਨੇ, ਲੋਧੀ ਨਗਰ ਸਵੇਰੇ ਮੱਸਿਆ ਵਾਂਗੂ ਇਕੱਠ ਹੋਇਆ ਹੁੰਦਾ, ਇਹ ਲੋਕਾਂ ਦਾ ਪਿਆਰ ਹਾਈਕਮਾਂਡ ਕੋਲ ਵੀ ਜਾਂਦਾ। ਇਸ ਕਰਕੇ ਸਾਨੂੰ ਆਸ ਆ
ਕਿ ਸਾਨੂੰ ਹਾਈ ਕਮਾਂਡ ਜਿਹੜੀ ਆ ਇਹ ਸਰਕੇ ਦੀ ਡਿਊਟੀ ਲਾਊਗੀ ਅਸੀਂ ਸੀਟ ਜਿੱਤ ਕੇ ਜਾਵਾਂਗੇ। ਫਤਿਹਗੜ੍ਹ ਚੋੜੀਆਂ ਤੋਂ ਮਨਪ੍ਰੀਤ ਮਨ ਦੀ ਰਿਪੋਰਟ।